ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚਰਨ, ਆਪ ਜੀ ਦਾ ਦਾਸ ਗੁਰਪ੍ਰੀਤ ਸਿੰਘ ਪੁਈ। ਸੋ ਤੁਹਾਡੇ ਸਾਹਮਣੇ ਇੱਕ ਖਬਰ ਜੋ ਲੈ ਕੇ ਆ ਰਹੇ ਹਾਂ ਕਿ ਦਿਨੇਸ਼ ਸਿੰਘ LLM, ਜਿਹੜੇ ਕਿ ਦਿਨੇਸ਼ ਸਿੰਘ ਨੇ, ਉਹਨਾਂ ਦੇ ਉੱਪਰ ਜਾਨਲੇਵਾ ਹਮਲਾ ਹੋਇਆ। ਦਿਨੇਸ਼ ਸਿੰਘ, ਤੁਸੀਂ ਜਾਣਦੇ ਹੋ ਕਿ ਕਈ ਵੀਡੀਓਜ਼ ਉਹਨਾਂ ਦੀ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਹੋਵੇਗਾ, ਇੱਕ ਇੰਟਰਵਿਊ ਅਕਾਲ ਚੈਨਲ ਤੇ ਵੀ ਅਸੀਂ ਉਹਨਾਂ ਦਾ ਕੀਤਾ ਸੀਗਾ। ਸੋ ਦਿਨੇਸ਼ ਸਿੰਘ ਜਿਹੜੇ ਕਿ ਸਿੱਖ ਫਲਸਫਿਆਂ ਦਾ ਪ੍ਰਚਾਰ ਕਰਦੇ ਹੋਏ, ਤਸਵੀਰਾਂ ਜਿਹੜੀ ਉਹਨਾਂ ਦੀ ਨਜ਼ਰ ਆ ਜਾਂਦੀ, ਉਹਨਾਂ ਦੇ ਵੀਡੀਓਜ਼ ਜੋ ਨਜ਼ਰ ਆ ਜਾਂਦੀ, ਜਿਹੜੇ ਕਿ ਪਹਿਲੇ ਜੋ ਕਿ ਗੈਰ ਸਿੱਖ ਸਨ, ਦੱਸਿਆ ਜਾਂਦਾ ਕਿ ਉਹਨਾਂ ਨੇ ਆਪ ਕਿਹਾ ਕਿ ਉਹ ਕਬੀਰਪੰਥੀ ਸਨ, ਉਸ ਤੋਂ ਬਾਅਦ ਉਹ ਸਿੱਖ ਧਰਮ 'ਚ ਘਰ ਵਾਪਸੀ ਉਹਨਾਂ ਨੇ ਕੀਤੀ ਹੈ। ਸੋ ਉਹਨਾਂ ਦੇ ਉੱਪਰ ਜੋ ਕਿ ਕੱਲ੍ਹ ਜਿਹੜਾ ਹੈਗਾ ਜਾਨਲੇਵਾ ਹਮਲਾ ਹੋਇਆ ਦਿਨੇਸ਼ ਸਿੰਘ ਦੇ ਉੱਪਰ, ਔਰ ਇਸ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਉਹ ਇੱਕ ਸਭਾ, ਇੱਕ ਪ੍ਰੋਗਰਾਮ ਅਟੈਂਡ ਕਰ ਰਹੇ ਸੀਗੇ, ਜਿਸ ਦੇ ਵਿੱਚ ਸਖਵਾਰ ਸਮਾਜ ਦਾ ਉਹਨਾਂ ਨੂੰ ਅਧਿਅਕਸ਼, ਜਿਹੜੇ ਉਹ ਸੀਗੇ ਸਖਵਾਰ ਸਮਾਜ ਦੇ, ਉਹਨਾਂ ਨੂੰ ਅਧਿਅਕਸ਼ ਬਣਾਇਆ ਗਿਆ ਸੀਗਾ। ਸੋ ਉਹਨਾਂ ਨੂੰ ਮੁਖੀਆ ਔਰ ਅਧਿਅਕਸ਼ ਚੁਣਿਆ ਗਿਆ ਸੀਗਾ, ਔਰ ਉਸ ਤੋਂ ਬਾਅਦ ਜਿਸ ਤਰ੍ਹਾਂ ਹੀ ਉਹ ਪ੍ਰੋਗਰਾਮ ਤੋਂ ਬਾਹਰ ਨਿਕਲਦੇ, ਉਹਨਾਂ ਦੇ ਉੱਪਰ ਹਮਲਾ ਉਹਨਾਂ ਦੇ ਉੱਪਰ ਕੀਤਾ ਜਾਂਦਾ ਹੈਗਾ, ਪਿੱਠ 'ਤੇ ਉਹਨਾਂ ਦੇ ਜੋ ਕਿ ਕੋਈ ਹਥਿਆਰ ਦੇ ਨਾਲ ਜਾਨਲੇਵਾ ਹਮਲਾ ਉਹਨਾਂ ਦੇ ਨਾਲ ਉੱਪਰ ਕੀਤਾ ਜਾਂਦਾ। ਔਰ ਇਸ ਘਟਨਾ ਦੀ ਉਹਨਾਂ ਨੇ ਆਪ ਆਪਣੇ ਸੋਸ਼ਲ ਮੀਡੀਆ 'ਤੇ ਜਿੱਥੇ ਜੋ ਜਾਣਕਾਰੀ ਦਿੱਤੀ ਹੈਗੀ ਆ। ਦਿਨੇਸ਼ ਸਿੰਘ ਲਿਖਦੇ ਨੇ ਕਿ ਕੱਲ੍ਹ ਮੁਝੇ ਮੇਰੇ ਸਮਾਜ ਕੇ ਦੁਆਰਾ ਸਮਾਜ ਕਾ ਅਧਿਅਕਸ਼ ਮੁਖੀਆ ਚੁਣ ਲਿਆ ਗਿਆ ਥਾ। ਔਰ ਪੂਰੀ ਪੋਸਟ ਅਸੀਂ ਤੁਹਾਨੂੰ ਪੜ੍ਹ ਕੇ ਸੁਣਾ, ਉਹਨਾਂ ਉਸ ਤੋਂ ਪਹਿਲੀ ਇੱਕ ਪੋਸਟ ਜੋ ਹੈਗੀ ਉਹ ਦਿਖਦੀ ਕਿ ਜਿਹਦੇ ਵਿੱਚੋਂ ਸਾਫ਼ ਸਾਫ਼ ਲਿਖਿਆ ਹੁੰਦਾ ਹੈਗਾ ਕਿ ਸਖਵਾਰ ਸਮਾਜ ਕੇ ਕੁਸ਼ਲ ਐਵਮ ਯੋਗੇ ਸ਼੍ਰੀ ਦਿਨੇਸ਼ ਸਿੰਘ LLM ਜੀ, ਸਖਵਾਰ ਸਮਾਜ ਸੁਧਾਰ ਸਮਿਤੀ ਐਵਮ ਸਖਵਾਰ ਧਰਮਸ਼ਾਲਾ ਅੰਬਾ ਪਰੇਸਾ ਕਾ ਅਧਿਅਕਸ਼ ਬਣਾਏ ਜਾਣੇ ਪਰ ਕਰੋੜੋਂ ਸ਼ੁਭਕਾਮਨਾਵਾਂ ਹੈ। ਉਹਨਾਂ ਦੇ ਸੋਸ਼ਲ ਮੀਡੀਆ ਦੇ ਉੱਪਰ ਕਈ ਤਸਵੀਰਾਂ ਜਿਹੜੀ ਹੈਗੀਆਂ ਕਿ ਉਹ ਦਿਸਦੀਆਂ ਹੈਗੀਆਂ ਕਿ ਉਹਨਾਂ ਨੂੰ ਸਖਵਾਰ ਸਮਾਜ, ਉਹ ਦੱਸਿਆ ਜਾਂਦਾ ਸੀ ਸਖਵਾਰ ਜਿਹੜਾ ਹੈਗਾ ਉਹ ਸਿੱਖਾਂ ਤੋਂ ਹੀ ਜਿਹੜਾ ਹੈਗਾ ਉਹ ਇੱਕ ਸਮਾਜ ਦਾ ਹੀ ਇੱਕ ਰੂਪ ਜੋ ਹੈ ਦੱਸਿਆ ਜਾ ਰਿਹਾ ਸੀਗਾ, ਜਿਹਦੀ ਘਰ ਵਾਪਸੀ ਦਾ ਬਾਰੇ ਦਿਨੇਸ਼ ਸਿੰਘ ਪ੍ਰਚਾਰ ਕਰਦੇ ਸੀਗੇ। ਔਰ ਉਹ ਹਮਲਾ ਜਦੋਂ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਤਕਰੀਬਨ 12 ਘੰਟੇ ਪਹਿਲੇ ਜੋ ਪੋਸਟ ਪਾਈ ਹੈਗੀ ਉਹ ਤੁਹਾਨੂੰ ਦੱਸਦੀ, ਉਹ ਕਿ ਲਿਖਦੇ ਕਿ ਕੱਲ੍ਹ ਮੁਝੇ ਮੇਰੇ ਸਮਾਜ ਕੇ ਦੁਆਰਾ ਸਮਾਜ ਕਾ ਅਧਿਅਕਸ਼ ਮੁਖੀਆ ਚੁਣ ਲਿਆ ਗਿਆ ਥਾ, ਜਿਸਕੀ ਵਜ੍ਹਾ ਸੇ ਵਿਰੋਧੀ ਨਰਬਖਸ਼ੀ ਆਤੰਕਵਾਦੀਓ ਕੇ ਦੁਆਰਾ ਮੁਝ ਪਰ ਜਾਨਲੇਵਾ ਹਮਲਾ ਕੀਆ ਗਿਆ ਥਾ। ਬੜੇ ਹੋਸਪਿਟਲ ਮੇ ਰਾਤ ਭਰ ਬੜੀਆ ਇਲਾਜ ਚਲਾ, ਅਬ ਸਥਿਤੀ ਨਿਯੰਤਰਣ ਮੇ ਹੈ, ਵਾਹਿਗੁਰੂ ਕੀ ਮਿਹਰ ਸੇ ਬਹੁਤ ਜਲਦੀ ਚੰਗਾ ਹੋ ਜਾਊਂਗਾ ਔਰ ਆਪਣੇ ਕਾਮ ਪਰ ਲੋਟੂੰਗਾ, ਮੇਰੇ ਭਾਈ ਮੁਝੇ ਲੇਕਰ ਕਾਫੀ ਚਿੰਤਿਤ ਹੈ, ਅਬ ਐਸੀ ਚਿੰਤਾ ਜੈਸੀ ਕੋਈ ਬਾਤ ਨਹੀਂ ਹੈ, ਆਪ ਸਭੀ ਭਾਈਓ ਸੇ ਨਿਵੇਦਨ ਹੈ ਕਿ ਮੇਰੇ ਅੱਛੇ ਸਵਾਸਥੇ ਕੇ ਲਈ ਅਕਾਲ ਪੁਰਖ ਸੇ ਅਰਦਾਸ ਕਰੇ। ਸੋ ਦਿਨੇਸ਼ ਸਿੰਘ ਕੌਣ ਸੀਗੇ, ਪਹਿਲੇ ਅਸੀਂ ਤੁਹਾਨੂੰ ਉਸਦੇ ਬਾਰੇ ਜਾਣਕਾਰੀ ਦੇ ਦਿੰਦੇ ਹੈਗੇ ਹਾਂ, ਆਪਾਂ ਤੁਹਾਨੂੰ ਛੋਟੀ ਜਿਹੀ ਇੱਕ ਵੀਡੀਓ ਦਿਖਾਉਂਦੇ ਹਾਂ ਜਿਹੜੀ ਤੁਸੀਂ ਇੰਟਰਵਿਊ ਵੀ ਦੇਖੀ ਹੋਏਗੀ ਕਿ ਕੌਣ ਸੀ ਦਿਨੇਸ਼ ਸਿੰਘ। ਪਹਿਲੇ ਮੈਨੇ ਉਹ ਲੋਕੋ ਕੋ ਬਤਾਇਆ ਕਿ ਮੈਂ ਸਿੱਖ ਬਣ ਜਾਊਂਗਾ ਬਹੁਤ ਜਲਦੀ, ਕਨਵਰਜਨ ਕਰ ਲੂੰਗਾ, ਯਾਨੀ ਘਰ ਵਾਪਸੀ ਕਰ ਲੂੰਗਾ ਸਿੱਧਾ ਸਿੱਧਾ ਉਹਨੂੰ ਕਹਾ। ਮਤਲਬ ਉਸ ਤੋਂ ਪਹਿਲੇ ਤੁਸੀਂ ਅਜੇ ਕੇਸ ਨਹੀਂ ਸੀ ਰੱਖੇ ਹੋਏ? ਜੀ ਜੀ ਜੀ, ਉਦੋਂ ਹੀ ਕਲੀਨ ਸ਼ੇਵ, ਬਿਲਕੁਲ ਮੈਂ ਇੱਕਦਮ ਕਲੀਨ ਸ਼ੇਵ ਥਾ। ਠੀਕ ਹੈ। ਤੋ ਜਬ ਮੈਨੇ ਉਨਕੋ ਕਹਾ, ਵੋ ਲੋਕ ਰਾਜੀ ਹੋ ਗਏ। ਜਬ ਉਹ ਧੀਰੇ ਧੀਰੇ ਉਨਕੇ ਬੀਚ ਮੇਂ ਚਰਚਾ ਫੈਲਨੀ ਸ਼ੁਰੂ ਹੋਈ ਕਿ ਅਬ ਦਿਨੇਸ਼ ਕੁਮਾਰ ਹੈ, ਵੋ ਅਬ ਦਿਨੇਸ਼ ਸਿੰਘ ਬਣਨੇ ਵਾਲੇ ਹੈ, ਸਿੱਖ ਬਣਨੇ ਵਾਲੇ ਹੈ, ਤੋ ਫਿਰ ਉਨ ਲੋਕੋ ਨੇ ਪਤਾ ਨਹੀਂ ਕਿਆ ਹੁਆ, ਅਚਾਨਕ ਹੀ ਇੱਕਦਮ ਆਪਣਾ ਇਰਾਦਾ ਬਦਲਾ ਕਿ ਬੋਲੇ ਆਪ ਸਿੱਖ ਮਤ ਬਣੋ। ਸੋ ਵੀਡੀਓ ਜਿਹੜੀ ਹੈ ਤੁਹਾਨੂੰ ਦਿਖਾਈ ਹੈ, ਇੱਕ ਇੰਟਰਵਿਊ ਦੀ ਜਿਹੜਾ ਅਕਾਲ ਚੈਨਲ 'ਤੇ ਤੁਸੀਂ ਦੇਖ ਵੀ ਸਕਦੇ ਹੈਗੇ ਹੋ। ਸੋ ਦਿਨੇਸ਼ ਸਿੰਘ ਕਰਕੇ ਇੰਟਰਵਿਊ ਕਰਕੇ ਤੁਸੀਂ ਸਰਚ ਕਰੋਗੇ ਤਾਂ ਦਿਨੇਸ਼ ਸਿੰਘ ਦੇ ਬਾਰੇ ਤੁਹਾਨੂੰ ਦੱਸਦੇ ਕਿ ਜਿੱਥੇ ਉਹਨਾਂ ਨੇ ਜੋ ਕਿ ਉਸਦੇ ਬਾਰੇ ਸੋਸ਼ਲ ਮੀਡੀਆ 'ਤੇ ਜੋ ਕਿ ਲੋਕ ਉਹਨਾਂ ਦੇ ਹੱਕ ਦੇ ਵਿੱਚ ਆਏ ਆ, ਉੱਥੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ, ਤਖਤ ਸ੍ਰੀ ਜੋ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਅੱਗੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਜਿਹੜੇ ਨੇ, ਉਹ ਵੀ ਉਹਨਾਂ ਦੀ ਸਪੋਰਟ ਦੇ ਵਿੱਚ ਉਹਨਾਂ ਨੇ ਪੋਸਟ ਪਾਈ ਹੈ। ਜਥੇਦਾਰ ਸਾਹਿਬ ਕੀ ਲਿਖਦੇ ਹੋ, ਲਿਖਦੇ ਆ ਕਿ ਸਿੱਖ ਫਲਸਫੇ, ਸਿੱਖ ਇਤਿਹਾਸ ਅਤੇ ਸਿੱਖ ਮਾਣ ਮਤੀਆਂ ਪਰੰਪਰਾਵਾਂ ਦਾ ਪ੍ਰਚਾਰ ਕਰਨ ਵਾਲੇ ਸਾਡੇ ਪ੍ਰਚਾਰਕ ਭਾਈ ਦਿਨੇਸ਼ ਸਿੰਘ LLM 'ਤੇ ਮੱਧ ਪ੍ਰਦੇਸ਼ ਵਿੱਚ ਜਾਨਲੇਵਾ ਹਮਲਾ ਕਰਨਾ ਮੰਦਭਾਗਾ ਹੈ। ਇੱਕ ਪਾਸੇ ਪੰਜਾਬ ਵਿੱਚ ਈਸਾਈਅਤ ਦੇ ਨਾਮ 'ਤੇ ਸਿੱਖਾਂ ਨੂੰ ਘਰਾਂ ਅੰਦਰ ਵੜ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਫਲਸਫੇ ਨਾਲੋਂ ਤੋੜਨ ਦੇ ਹੱਲੇ ਨੂੰ, ਦੂਜੇ ਪਾਸੇ ਸਿੱਖ ਪ੍ਰਚਾਰਕ 'ਤੇ ਜਾਨਲੇਵਾ ਹਮਲਾ ਅਤੇ ਇਹਨਾਂ ਹਮਲਿਆਂ ਬਾਬਤ ਸਰਕਾਰ ਦੀ ਡੂੰਘੀ ਖਾਮੋਸ਼ੀ ਆਉਣ ਵਾਲੇ ਖਤਰੇ ਦਾ ਆਭਾਸ ਕਰਵਾ ਰਹੀ ਹੈ। ਸਿੱਖ ਸੰਸਥਾਵਾਂ 'ਤੇ ਕਬਜ਼ੇ ਦੀ ਆਪਸ ਵਿੱਚ ਲੜਾਈ ਲੜ ਰਹੇ ਹਨ ਅਤੇ ਇੱਕ ਦੂਜੇ ਨੂੰ ਗੱਦਾਰੀ ਦੇ ਮੈਡਲ ਵੰਡ ਰਹੇ ਹਨ। ਘੱਟੋ ਘੱਟ ਸਾਂਝੇ ਮਸਲਿਆਂ 'ਤੇ ਸਿਰ ਜੋੜਨ ਦੀ ਜੁਗਤ ਵਿਸਰੀ ਪਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਕੀ ਸਿੱਖ ਸੰਸਥਾਵਾਂ ਮਾਮਲੇ ਬਾਰੇ ਪੂਰੀ ਜਾਣਕਾਰੀ ਹਾਸਲ ਕਰਨ ਅਤੇ ਇਸ ਵੀਰ ਦੇ ਇਲਾਜ ਲਈ ਸਹਾਇਤਾ ਕਰਨ। ਸੋ ਜਥੇਦਾਰ ਸਾਹਿਬ ਨੇ ਜਿੱਥੇ ਸਿੱਖੀ ਦੇ ਪ੍ਰਚਾਰ ਕਰਨ ਵਾਲੇ ਪ੍ਰਚਾਰਕ ਦੇ ਹੱਕ ਦੇ ਵਿੱਚ ਜਿੱਥੇ ਗੱਲ ਕੀਤੀ, ਉੱਥੇ ਦੂਜੇ ਪਾਸੇ ਸਿੱਖ ਸੰਸਥਾਵਾਂ ਦੇ ਜੋ ਕਿ ਮੌਜੂਦਾ ਜੋ ਹਾਲਾਤ ਹੋ ਗਏ ਉਸ ਬਾਰੇ ਵੀ ਚਰਚਾ ਕੀਤੀ ਅਤੇ ਉਹ ਜਿਹੜਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਮਾਮਲੇ ਦੇ ਵਿੱਚ ਦਖਲ ਦੇਣ ਵਾਸਤੇ ਤਲਬ ਕੀਤਾ ਅਤੇ ਉਹਨਾਂ ਦੇ ਇਲਾਜ ਵਿੱਚ ਹਰ ਸੰਭਵ ਮਦਦ ਕਰਨ ਵਾਸਤੇ ਵੀ ਉਹਨਾਂ ਨੇ ਜਥੇਦਾਰ ਸਾਹਿਬ ਨੇ ਗੱਲ ਕੀਤੀ ਆ।
सो दिनेश सिंह जिहड़े एल एल एम दे उपर जो तुहानूं दस्स दे कि इस मामले दे विच जिहड़ी हैगी एफ आई आर भी हुण हो गई है। एफ आई आर नंबर 06102/22 पुलिस स्टेशन अंबा मुरैना दे विच मध्य प्रदेश दे विच एफ आई आर भी हो गई है। हाल फिलहाल दिनेश सिंह ने दस्सिया उह ठीक ने। सो साडे जो कि सहयोगी दे नाल उहनां दी गलबात हुई है फोन ते हरविंदर सिंह दे नाल, तुहानूं असीं उह कॉल जिहड़ी हैगी है जो गलबात उहनां दी की गलबात हुई असीं उह तुहानूं असीं सुणांदे हैगे आ, ते तुहानूं जानकारी मिलेगी कि की दिनेश सिंह दे नाल जिहड़ी की गलबात जिहड़ी हैगी उह होई है जी। पहले मैंने उन लोगों को बताया कि मैं सिख बन जाऊंगा बहुत जल्दी। वाहेगुरु जी का खालसा। हेलो, हेलो। वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह। जी दिनेश जी नाल गल हो रही मेरी? जी हाँ दिनेश जी, की गल होगी? पता लगा तुहाडे ते अटैक होया कोई? देखिए, जहाँ से मैं बिलोंग करता हूँ ना, हाँ भिंड जी, मुरैना ग्वालियर, मेरा प्रॉपर डिस्ट्रिक्ट भिंड है। तो हाँ जी, भिंड मुरैना ग्वालियर में हमारा समाज है जिसको सखवार समाज बोलते हैं। ठीक है, हम पहले सिख थे, इनको सिखवार समाज कहते थे, सिखवार में से सखवार हो गया, ठीक ओके। है ना। तो ये पूरे समाज की एक मीटिंग बुलाई गई और पूरे समाज के द्वारा सर्वसम्मति से मुझे समाज का मुखिया यानी अध्यक्ष बना दिया गया। अच्छा जब मुझे अध्यक्ष बना दिया गया तो जो बीजेपी और आरएसएस के जो लोग थे, जो हाँ जी, बीजेपी आरएसएस से जुड़े हुए हैं, एक तरह से कहना चाहिए असामाजिक तत्व और गुंडे टाइप के लोग थे, वो ठीक है। जैसे ही मेरी अध्यक्ष बनने की समाज के लोगों ने घोषणा की तो हम वो मीटिंग हॉल से बाहर निकले तो ये लोग घात लगा करके बैठे थे। तो एक व्यक्ति ने पीछे से जो चिमटा होता है ना बजाने वाला, हाँ जी, हाँ जी, उस चिमटे से पीठ पीछे से बहुत जोर से मारा, जिससे रीढ़ की हड्डी होती है गर्दन के नीचे, वहां बहुत चोट आई है, बहुत ज्यादा। ओहो, तो इसकी फिर हमने जाकर पुलिस स्टेशन में एफआईआर कराई। अच्छा, तो तहसील लेवल पर एक सरकारी हॉस्पिटल है, वहां एमएलसी हुई, उन्होंने उन्होंने मुझे जो जिला चिकित्सालय है मुरैना का उस पे रेफर कर दिया। तो एक फिर केड़ा यहाँ केड़ा थाना क्षेत्र पड़ेगा? ये थाना जो जहाँ घटना हुई वो अम्बा पड़ता है, मुरैना का तहसील है ये अम्बा, ठीक है, मुरैना जिला का, मुरैना मध्य प्रदेश में पड़ता है। तो ठीक मुरैना है। जिला में मुझे रेफर कर दिया, वहाँ मेरा ट्रीटमेंट चला। रात में मुझे लगभग 6-7 ड्रिप लगी और लगभग मुझे 15 या 16 इंजेक्शन लगे ठीक और है, ट्रीटमेंट चला। यहाँ मेरा एक्सरे हुआ है और ईसीजी वगैरह जो कुछ भी होता है। मेरा बीपी है वो अभी 144 और 100 है। अच्छा हाँ, मैं बीपी बहुत ज्यादा है, उसकी वजह से घबराहट नहीं, हो रही है, अरेस्ट बेचैन हूँ अरेस्ट मैं। अरेस्ट हुआ कोई अभी? उसमें कार्रवाई चल रही है, पुलिस अरेस्ट कर लेगी बहुत जल्दी। मेरी टीआई से कल ही बात हुई थी, एफआईआर उन्होंने तुरंत लिखी, सब कार्रवाई की उन्होंने। अब उसमें पुलिस अपने तरीके से इन्वेस्टिगेशन करेगी। ठीक है, ठीक है, ठीक है। ते बाकी जी किसी होर नु चोट तो नहीं आई? नहीं, और तो जैसे हम उन चीजों से वाकिफ थे, सजग रहते हैं, तो जो साथी थे ना, हाँ तो जी, एक तो खुशी का माहौल था कि हाँ हाँ देखो हम अध्यक्ष बन गए। तो मेरे साथी मेरे बराबर पे चल रहे थे, तो उसने पीठ पीछे से अटैक किया, कुछ साथी आगे चल रहे थे, तो कहीं ना कहीं ये हमारी तरफ से चूक हुई सुरक्षा में कि हमारे लोग हमारी सुरक्षा की देखभाल नहीं कर पाए ढंग से। तो ते जेड़े बंदे ने अटैक हाँ किया वो लोकल सी उत्थों दे सन? जी, हाँ जी, वो लोकल था और वो बीजेपी और आरएसएस से जुड़े हुए लोग थे। वहाँ कम से कम 4-5 लोगों का जो ग्रुप था उन लोगों ने अटैक किया, तो उसमें से अटैक एक ने किया और बाकी सब साथ में थे। तो ठीक है, तुहानू की लगता है खाली तुहाडे अध्यक्ष बनन दा गुस्सा सी जां जिहड़ा तुसीं सिक्खी दा प्रचार कर रहे हो, वो भी कारण हो सकदा है? बिल्कुल, उसमें ये था कि अभी तक तो उन्हीं का सब चल रहा था, उनका 9-10 साल से कब्जा था उन्हीं का अध्यक्ष पद पर। तो समाज समाज के बुद्धिजीवी लोगों ने उनको हटा दिया, समाज के द्वारा हटा दिया गया और मुझे बनाया गया। अच्छा, तो है तुहाडे समाज दे आप ही ने वो? ठीक जी, मेरे ही समाज का है सब। है, तो मुझे जैसे ही बनाया गया तो उन सब लोगों को ये लगा कि ये सिख बन गया है और सिख अब इस हमारे समाज का अध्यक्ष बन गया है, तो ये तो पूरे समाज को अब सिख बना देगा। तो इस वजह से उन्होंने बौखला करके जानलेवा हमला किया मुझ पर। उन्होंने बंदियां दी बैक ते बीजेपी वगैरह दे वड्डे कोई बंदे लीडर कोई इस तरह हाँ दे हैगे ने? हाँ 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 जो बीजेपी के बड़े बड़े लीडर हैं उनसे जुड़े हुए हैं, उनका प्रोटेक्शन प्राप्त है उनको। ठीक है, ठीक है। ते पर तुहानू जी तसल्ली है कि कार्रवाई पुलिस कर रही है? ठीक,
हाँ पुलिस कार्रवाई कर रही है, और जो खास बात यह है कि जो पूरा समाज है ना वो हमारे साथ है। समाज कार्रवाई करेगा, उनको समाज से बहिष्कृत कर दिया जाएगा, और समाज के लोग पूरी तरह से साथ खड़े हैं, वो कार्रवाई करेंगे। नहीं बिल्कुल बिल्कुल, असीं बल्कि चाहवांगे भी सिख समाज के विचों भी जिहड़े आगू ने या जो भी सिख संस्थावां ने वो भी तुहाडे नाल इस गल लई पूरा कोऑपरेट करन, ते अकाल चैनल अपने वल्लों भी जी पूरा जी तुहानूं इस गल दी करदा है कि जी असीं तुहाडे नाल हां जी हर तरीके नाल। जितने भी अपने सिख संगत के भाई हैं, जितने भी, सबने मेरे हालचाल पूछे, फोन कॉल्स, मेरे मित्र हैं उन्होंने अटेंड किए, कुछ मैंने भी अटेंड किए। मैं बात कर पा रहा हूँ, लेकिन मैं ज्यादा समय तक बात नहीं कर नहीं सकता, नहीं कोई ऐसी नहीं कोई नहीं, स्थिति है। तुसीं आराम करो, रेस्ट करो, तुसीं हॉस्पिटल तो ठीक हो जाओ, अस फिर गल करांगे, पर उम्मीद करांगे तुसीं जल्दी बिल्कुल ठीक ठाक हो जाओ जी। ठीक है जी जी, जी भाई साहब, ठीक है जी जी, जी वाहेगुरु जी का खालसा, वाहेगुरु जी की फतेह। वाहिगुरु जी का खालसा, वाहिगुरु जी की फतेह।